ਆ ਕੀ ਹੈ ਏ ਫਾਰ ਸੋ ਸੋ ਨਹੀਂ ਬਾਪੂ ਏ ਫਾਰ ਐਪਲ ਹੁੰਦਾ ਹੈ ਉਹ ਮੰਨਿਆ ਵੀ ਪੰਜਾਬੀ ਤਾਂ ਮਾਂ ਬੋਲੀ ਆ ਹਿੰਦੀ ਚੱਲ ਮਾਸੀ ਮੰਨ ਲੈਂਦੇ ਆ ਆਹ ਦੁਸ਼ਮਣ ਵਾਲੀ ਅੰਗਰੇਜ਼ੀ ਆ ਕੀ ਆ ਬੀ ਫਾਰ ਬੀ ਫਾਰ ਓਏ ਓਏ ਭੁੱਲ ਕੇ ਕਾਲਾ ਨਹੀਂ ਹੈਗਾ ਪਰ ਹੁਣ ਤਾਂ ਮੈਂ ਅੱਖਾਂ ਮੀਚ ਕੇ ਸਾਰੇ ਅੱਖਰ ਪੜ ਦਿੰਦਾ ਅੱਜ ਏ ਫਾਰ ਐਪਲ ਉਹ ਕੋਈ ਗੱਲ ਨਹੀਂ ਐਡੀ ਗੱਲ ਵੀ ਨਹੀਂ ਹੈਗੀ ਦੇ ਦਿੰਦੇ ਤੇਰੇ ਆਲੂ ਵਾਲੇ ਪਰੌਂਠੇ ਜੇ ਖਾਧੇ ਕਾ ਫਿਰ ਜਾ ਪੁੱਤ ਦੀਪੇ ਦੋ ਆਲੂ ਵਾਲੇ ਪਰੌਂਠੇ ਲਾ ਕੇ ਦੇ ਦੇ ਇਹਨੂੰ ਆ ਕੀ ਹੈ ਸੀ ਫਾਰ ਮਾਣੋ ਬਿੱਲੀ ਮੇਰਾ ਜੀ ਕਰਦਾ ਮੈਂ ਉੱਤੇ ਜੁੰਡੇ ਪੱਟ ਲਾਂ ਓਏ ਮਾਣੋ ਬਿੱਲੀ ਆ ਦੇਖ ਅਰੇ ਮਾਣੋ ਕੀ ਪੜ ਕੇ ਆਉਂਦਾ ਉੱਤੇ ਤੂੰ ਪੁੱਤ ਬਾਪੂ ਪੜਿਆ ਕਰ ਕੈਨੇਡਾ ਦੀ ਕੀ ਗੱਲ ਆ ਆਪਾਂ ਹੁਣੇ ਲਾ ਲੈਂਦੇ ਆ ਹੁਣ ਹੈਲੋ ਹਾਂਜੀ ਕੈਨੇਡਾ ਤੋਂ ਜੀ ਹਾਂਜੀ ਮੈਂ ਰੋਮੀ ਸਿੰਘ ਬੋਲ ਰਿਹਾ ਜੀ ਮੈਰਿਜ ਬਿਊਰੋ ਤੋਂ ਕੀ ਹਾਲ ਚਾਲ ਆ ਜੀ ਇੱਕ ਬਹੁਤ ਵਧੀਆ ਫੈਮਿਲੀ ਸੀਗੀ ਜੇ ਤੁਸੀਂ ਕਹੋ ਤਾਂ ਮੈਂ ਰਿਸ਼ਤੇ ਦੀ ਗੱਲ ਚਲਾਵਾਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਂ ਉਹ ਸਾਰਾ ਕਲੀਅਰ ਕਰ ਲਾਂਗਾ ਮੈਂ ਤੁਹਾਨੂੰ ਸਾਰੀ ਗੱਲਬਾਤ ਤੁਹਾਨੂੰ ਮੈਂ ਦੁਬਾਰੇ ਦੱਸ ਦਿੰਦਾ ਹਾਂਜੀ ਹਾਂਜੀ ਓਕੇ ਕੋਈ ਗੱਲ ਨਹੀਂ ਓਕੇ ਓਕੇ मेरी पढ़ाई लिखाई का तुहानू पता ही है मेरे स्टेटस का भी तुहानू पता ही है ਪਰ ਜਿਹੜੇ ਮੇਰੇ ਫਾਦਰ ਸਾਹਿਬ ਆ ਨਾ ਉਹ ਤਾਂ ਵੈਲ ਐਜੂਕੇਟਡ ਵੈਲ ਪਰਸਨੈਲਿਟੀ ਹੀ ਬਿਲੋਂਗ ਟੂ ਅ ਰਿਚ ਫੈਮਿਲੀ ਯੂ ਨੋ ਉਹ ਬਸ ਉਹ ਫਿਰ ਤਾਂ ਰਿਸ਼ਤਾ ਪੱਕਾ ਸਮਝੋ ਹਾਂ ਬਸ ਤੁਸੀਂ ਤਿਆਰੀ ਕਰੋ ਹਾਂ ਨੈਕਸਟ ਟੂ ਮੀਟ ਹਾਂ ਨਾਈਸ ਪਰਸਨ ਓਕੇ ਯਾਰ ਮੈਂ ਗਿਆ ਸੀ ਰੋਮੀ ਸਿੰਘ ਕੋਲ ਉਹਨੇ ਕੈਨੇਡਾ ਗੱਲ ਵੀ ਕਰ ਲਈ ਹੈ ਅਤੇ ਰਿਸ਼ਤਾ ਵੀ ਮਿਲਦਾ ਪਰ ਉਹ ਕਹਿੰਦਾ ਵੀ ਕੁੜੀ ਵਾਲਿਆਂ ਦੀ ਡਿਮਾਂਡ ਹੈ ਵੀ ਜਿਹੜੀ ਫੈਮਿਲੀ ਹੈ ਉਹ ਵੈਲ ਐਜੂਕੇਟਡ ਹੋਣੀ ਚਾਹੀਦੀ ਹੈ ਪੜ੍ਹੀ ਲਿਖੀ ਹੋਣੀ ਚਾਹੀਦੀ ਹੈ ਸਟੇਟਸ ਵਾਲੀ ਹੋਣੀ ਚਾਹੀਦੀ ਹੈ ਵੀ ਹੁਣ ਤੁਹਾਨੂੰ ਪਤਾ ਵੀ ਮੈਂ ਤਾਂ ਜਗਾੜ ਕਰ ਲੈਣਾ ਜਦੋਂ ਕੁੜੀ ਵਾਲੇ ਆਪਣੇ ਘਰ ਆਉਣਗੇ ਤਾਂ ਬਾਪੂ ਨੇ ਤਾਂ ਜੱਡਪੁਣਾ ਘੋਲ ਦੇਣਾ ਉਹ ਨਾ ਤਾਂ ਕਿਸੇ ਦੀ ਗੱਲ ਸੁਣਦਾ ਅਤੇ ਨਾ ਕਿਸੇ ਨੂੰ ਗੱਲ ਕਰਨ ਦਿੰਦਾ ਮੈਨੂੰ ਹੁਣ ਇਹ ਚਿੰਤਾ ਹੋਈ ਪਈ ਹੈ ਵੀ ਆਪਾਂ ਕਰੀਏ ਤਾਂ ਕੀ ਕਰੀਏ ਤੁਸੀਂ ਮੇਰੇ ਭਰਾ ਹੈ ਪੰਚਾਇਤੀ ਇਹਨਾਂ ਨੂੰ ਸਮਝਾਓ ਦੱਸੋ ਵੀ ਆਪਾਂ ਇਹ ਕਹਾਣੀ ਕਿਵੇਂ ਫਿੱਟ ਕਰੀਏ ਮੈਂ ਨਾ ਤਾਏ ਨੂੰ ਸਕੂਲ ਅੰਗਰੇਜ਼ੀ ਪੜ੍ਹਨ ਲਾ ਦਈਏ ਆਹੋ ਬਾਪੂ ਨੇ ਜਦੋਂ ਪਟਰ ਪਟਰ ਅੰਗਰੇਜ਼ੀ ਬੋਲੀ ਨਾ ਇੱਥੋਂ ਪਤਾ ਲੱਗੂਗਾ ਵੀ ਤੁਸੀਂ ਐਜੂਕੇਟਡ ਵੀ ਹੋ ਅਤੇ ਸਟੇਟਸ ਵਾਲੇ ਵੀ ਹੋ ਹਾਂ 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 ਮੈਂ ਵੀ ਇਹੀ ਗੱਲ ਕਹਿੰਦਾ ਛੇਤੀ ਕਰੋਗੇ ਤਾਂ ਛੜੇ ਮਰ ਜਾਓਗੇ ਭਾਈ ਜੇ ਆਖੇ ਤਾਂ ਮੈਂ ਭੁੱਲਰ ਮਾਸਟਰ ਨਾਲ ਗੱਲ ਤੋਰਾਂ ਲੈ ਇਹ ਤਾਂ ਮੈਂ ਭੁੱਲੇ ਬੈਠਾ ਸੀ ਭੁੱਲਰ ਮਾਸਟਰ ਜੀ ਤਾਂ ਮੇਰੇ ਨਾਲ ਵੀ ਲਿਆ ਗਿਆ ਬੜੀ ਵਧੀਆ ਅੰਗਰੇਜ਼ੀ ਪੜ੍ਹਾਉਂਦਾ ਭੁੱਲਰ ਮਾਸਟਰ ਦੇ ਪੜ੍ਹਾਈ ਨਹੀਂ ਮਾਰ ਖਾਂਦੇ ਐਂ ਕਰਦੇ ਹਾਂ ਕੱਲ੍ਹ ਨੂੰ ਆਪਾਂ ਬਾਪੂ ਨੂੰ ਭੁੱਲਰ ਮਾਸਟਰ ਕੋਲ ਛੱਡ ਆਉਂਦੇ ਹਾਂ ਜਦੋਂ ਕੁੜੀ ਵਾਲੇ ਆਉਣਗੇ ਬਾਪੂ ਨੇ ਜਦੋਂ ਬੋਲੀ ਨਾ ਪੜ੍ਹਰ ਪੜ੍ਹਰ ਅੰਗਰੇਜ਼ੀ ਆਪੇ ਇੰਪ੍ਰੈਸ ਹੋ ਜਾਣਗੇ ਕੱਲ੍ਹ ਨੂੰ ਹੀ ਬਾਪੂ ਨੂੰ ਪਾ ਕੇ ਆਉਣਾ ਪੜ੍ਹਨੇ ਬਾਪੂ ਆ ਗਿਆ ਰੋਟੀ ਪੈਕ ਕਰਤੀ ਹੈ ਤੇਰੀ ਓਏ ਆ ਜਾ ਪੁੱਤ ਓ ਬਾਪੂ ਆ ਓਹੋ ਦਿਮਾਗ ਖਰਾਬ ਆ ਰਹੀ ਸਮਾਨ ਤਾਂ ਪੂਰਾ ਓਏ ਆ ਜਾ ਹੁਣ ਲੇਟ ਹੋਈ ਜਾਂਦਾ 8 ਵਜਣ ਚ 5 ਮਿੰਟ ਆ ਗਿਆ ਆ ਬੁਕਸ ਵੀ ਪਾ ਦਿਆਂ ਤੇਰੀਆਂ ਆ ਜਾ
दिमाग ठंडा रहिंदा नाले उह वी चंगा हुंदा नींद आई जाऊगी पढ़ाई वधिया हुंदी है कमलिया चल पुत तेन स्कूल छड़ गया आहो तू मेरा बापू है आजा जी आजा ए पूरे 3:30 मिनट रह गए हो गया लेट हो जाएगा जमाई अंग्रेजी बहुत औखी है ऐ करदा जिवें अंग्रेजी वाली मैडम बैठी हुंदी अंदर 8:30 हो गया ना तू कहदा आना मैं ही आना चल चक सैकल ₹5 लेके देऊंगा Roll number 1 Yes sir. Roll number 2 Yes sir. Roll number 3 Yes sir. Very good. ससिकाल जी और बाजी की हाल ने बहुत बढ़िया जी बहुत बढ़िया जिहड़ा मैं तुहानू दस्या सी बापू जी ने आपां अंग्रेजी सिखाउणी है हां जी दस्या तुसीं ते थोड़े लड़ ला दिंदे आ इहनां नू सिखाओ अंग्रेजी कोई नहीं कोई गल नहीं अंग्रेजी सिखा दांगे जी ठीक है बापू ठीक है मुंडा तू परवाह ना मन तू चल घर नू ते मैं मास्टर जी तो अंग्रेजी सिखदा मैं तां पा दूं पढ़ने चलाओ बापू जी ठीक है अच्छा जी सत्या जी बहुत बहुत फिक्र ना करो जी कोई गल नहीं अंग्रेजी सिखा दांगे ना बोलो बच्चों A for apple A for apple B for boy B for boy C for cat C for cat D for dog D for dog E for elephant E for elephant F for fish F for fish आप पता नहीं की कह गया मैनूं भजा दो फिर तंग करदा जवाखा नूं कदे तुहानूं तंग करदा तुसीं मैनूं भजाउंदे क्यों नहीं फिर ओए मैं तेरे मुंडे नाल जबान कीती सी अंकला भी मैं तेरे प्यो नूं इंग्लिश सिखा के छड्डांगा तेनू कटना तो मेरा इन्ने का काम आता हूं मैं कदों का कट देंदा बंदे का पुत वो मेरा मतलब है बंदा बन के बह जा पढ़ ध्यान ठीक है सिर्फ 27 दिन यूके 337 वीजे भी जे कि फैमिली पढ़ जे ना
ਫੈਮਿਲੀ ਨੂੰ ਅਸੀਂ ਕਿਹੜਾ 35 ਜਣੇ ਢਾਈ ਤਾਂ ਰੋਜ਼ ਲੂੰਗਾ, ਇੱਕ ਮੈਂ ਅਤੇ ਇੱਕ ਮੇਰਾ ਬਾਪੂ, ਅਤੇ ਮੈਂ ਤਾਂ ਅੰਗਰੇਜ਼ੀ ਨੂੰ ਮੂੰਹ ਮਾਰ ਹੀ ਲੈਂਦਾ। ਜੇ ਕਿਤੇ ਬਾਪੂ ਪੜ੍ਹ ਗਿਆ ਨਾ ਤਾਂ ਪੱਕੇ ਕਨੇਡਾ ਵਾਲੇ ਵੱਜਣ ਲੱਗ ਜਾਂਗੇ, ਦੀਪਾ ਕਨੇਡਾ ਵਾਲਾ। ਬਾਪੂ ਨੂੰ ਵੀ ਕਹਿ ਦਾਂਗੇ ਵੀ ਆਪਦਾ ਬਿਜ਼ਨਸ ਬਦਲ ਲਾ, ਆਹ ਛੱਡ ਪੈਂਚਰ ਪੁੰਚਰ ਲਾਉਣੇ। ਫਿਰ ਬਾਪੂ ਨਾ ਜਹਾਜ਼ਾਂ ਦੇ ਪੈਂਚਰ ਲੈ ਲਈ, ਉਹ ਵੀ ਉੱਡੇ ਜਾਂਦੇ ਜਹਾਜ਼। ਆਏ ਵੱਡੇ ਜੀਤ ਨੂੰ ਪੜਾਉਣ ਵਾਲੇ, ਜੀਤ ਦੇ ਪੈਂਚਰ ਲਾਉਣ ਨੂੰ ਫਿਰਦਾ ਸੀ। ਉਹ ਜੀਤ ਦਾ ਜਦੋਂ ਲਾਉਂਦਾ ਪੱਕਾ ਪੈਂਚਰ ਹੀ ਲਾਉਂਦਾ ਹੈਗਾ। ਉਹ ਮੰਨਿਆ ਵੀ ਪੰਜਾਬੀ ਤਾਂ ਮਾਂ ਬੋਲੀ ਆ, ਹਿੰਦੀ ਚੱਲ ਮਾਸੀ ਮੰਨ ਲੈਂਦੇ ਆ, ਆਹ ਦੁਸ਼ਮਣ ਵਾਲੀ ਅੰਗਰੇਜ਼ੀ ਉਹ ਇਹ ਨਹੀਂ ਅਸੀਂ ਪੜ ਹੁੰਦੀ, ਇਹਨੂੰ ਤਾਂ ਦੇਖ ਕੇ ਚੀਜ਼ ਹੀ ਚੜ੍ਹਦੀ ਆ ਗਈ। ਕਿੱਥੇ ਬੁੱਢੇ ਬਾਰੇ ਝੋਲਾ ਚੁਕਾਤਾ। ਚੱਲ ਕੋਈ ਗੱਲ ਨਹੀਂ, ਦੇਖਦੇ ਆ ਜੀਤ ਨੂੰ ਪੜ੍ਹਾਉਣ ਨੂੰ ਫਿਰਦੇ ਨੇ, ਮੈਂ ਤਾਂ ਸਾਰਿਆਂ ਨੂੰ ਪੜ੍ਹਨੇ ਪਾ ਦੂੰਗਾ। ਐ ਨੀ ਜੀਤ ਦੱਬਦਾ, ਕੋਈ ਗੱਲ ਨੀ। ਆ ਗਿਆ ਮੇਰਾ ਬਾਪੂ, ਆਦਾ ਦਾ ਦਾ ਪੜਾਇਆ ਮੇਰਾ ਸਿਰ ਬਗਾ, ਉਹ ਪੜਾਇਆ ਮੇਰਾ ਬਾਪੂ। ਮੈਂ ਪੜ੍ਹਨੇ ਪਾ ਕੇ ਆਇਆਗਾ ਉਹਨਾਂ ਨੂੰ। ਹਾਂ ਹਾਂ ਪੜ੍ਹਿਆ ਪੜ੍ਹਿਆ ਪੁੱਤਰ। ਅੱਛਾ ਅੱਛਾ, ਲੈ ਹੁਣ ਮੈਂ ਤੇਰਾ ਟੈਸਟ ਲੈਣਾ ਹੈ। ਦਿਖਾ ਮੈਨੂੰ ਉਹ ਬੁੱਕ, ਦਿਖਾ ਬੁੱਕ। ਹਾਂ ਓਏ ਬੁੱਕ ਨਹੀਂ ਯਾਰ, ਓਏ ਬੁੱਕ ਯਾਰ ਦੇਖ ਲੈ ਬੁੱਕ। ਓਏ ਬੁੱਕ ਨਹੀਂ, ਮਾੜਾ ਮੋਟਾ ਅੰਗਰੇਜ਼ੀ ਨੂੰ ਮੂੰਹ ਮਾਰਿਆ ਕਰ, ਫਿਰ ਕਨੇਡਾ ਵਾਲੇ ਬਣਾਂਗੇ। ਐ ਨਹੀਂ ਬਣਨੇ ਕਨੇਡਾ ਵਾਲੇ, ਬੁੱਕ ਕਿਤਾਬ ਕਿਤਾਬ। ਅੱਛਾ ਕਾਇਦਾ ਕਾਇਦਾ। ਹਾਂ ਕਾਇਦਾ ਕਾ ਹੋ ਕਾਇਦਾ। ਇੱਕ ਤਾਂ ਆਹ ਪਤਾ ਨਹੀਂ ਕਿੱਥੋਂ ਲਾਤੇ, ਸਾਡੇ ਕੋਲੇ ਹੁੰਦੇ ਤੇ ਬੋਰੀਆਂ ਵਾਲੇ ਝੋਲੇ ਜੇ। ਕਿਹੜੀ ਕਿਤਾਬ ਆਹ ਕਾਇਦਾ ਯਾਰ, ਟੈਸਟ ਲੈ ਜੇ ਤੇਰਾ। ਪਰ ਹੈਗਾ ਤਾਂ ਸਿਓ ਹੀ ਆ, ਹੈਗਾ ਤਾਂ ਸਿਓ ਆ, ਪਰ ਜੇ ਆਪਾਂ ਕੈਨੇਡਾ ਜਾਵਾਂਗੇ ਉੱਥੇ ਆਪਾਂ ਸਿਓ ਨੀ ਨਾ ਕਹਿ ਸਕਦੇ, ਉੱਥੇ ਆਪਾਂ ਨੂੰ ਐਪਲ ਕਹਿਣਾ ਪਊਗਾ। ਅੱਛਾ ਅੱਛਾ, ਚੱਲ ਕੋਈ ਨਾ, ਅੱਧੀ ਗਲਤੀ ਲੱਗ ਗਈ, ਗਲਤੀ ਇਸ ਕਰਕੇ। ਆ ਕੀ ਆ ਬੀ ਫਾਰ, ਬੀ ਫਾਰ ਕੋਈ ਨਾ, ਗਲਤੀ ਹੋ ਜਾਂਦੀ ਹੈ, ਇੱਕ ਅੱਧੀ ਗਲਤੀ ਬੰਦੇ ਤੋਂ ਹੋ ਹੀ ਜਾਂਦੀ ਹੈ, ਦੋ ਗਲਤੀਆਂ ਇਕੱਠੀਆਂ ਹੋ ਗਈਆਂ। ਹੋਰ ਪੁੱਛ ਲਾ, ਆ ਕੀ ਹੈ ਸੀ ਫਾਰ, ਮਾਣੋ ਬਿੱਲੀ। ਮੇਰਾ ਜੀ ਕਰਦਾ ਮੈਂ ਤੇ ਜੁੰਡੇ ਪੱਟ ਲੈ। ਓਏ ਮਾਣੋ ਬਿੱਲੀ ਆ ਦੇ, ਅਰੇ ਮਾਣੋ ਕੀ ਪੜ ਕੇ ਆਉਣਾ ਉੱਥੇ ਤੂੰ, ਪੁੱਤ ਬਾਪੂ ਪੜਿਆ ਕਰ, ਸਿਆਣਾ ਬਣ। ਠੀਕ ਆ, ਪੜ ਲੈ। ਤੇਰੇ ਜਿਹੜੇ ਬੰਦੇ ਹੁੰਦੇ ਨਾ ਚੰਗੇ ਲੱਗਦੇ ਆ ਪੜਦੇ। ਉਹ ਕੋਈ ਨਾ, ਸੀ ਫਾਰ ਕੈਟ ਹੁੰਦਾ। ਸੀ ਫਾਰ ਕੈਟ, ਹਾਂ ਸੀ ਫਾਰ ਕੈਟ, ਕੈਟ ਮੇਨੇ ਬਿੱਲੀ। ਸੀ ਫਾਰ ਕੈਟ, ਕੈਟ ਮੇਨੇ ਬਿੱਲੀ, ਮਾਣੋ ਬਿੱਲੀ। ਚੱਲ ਮਾਣੋ ਬਿੱਲੀ ਕਹਿ ਲਾ, ਪਰ ਜਿੱਦੀ ਬਿੱਲੀ ਆ। ਠੀਕ ਆ, ਐ ਪੜਿਆ ਕਰ, ਮੇਰੀ ਗੁਗਲੀ ਮੁਗਲੀ, ਮੇਰੀ ਤੇਰੀ ਕੋ ਮੁਗਲੀ, ਐ ਪੜਿਆ ਕਰ ਚੰਗੀ ਤਰ੍ਹਾਂ। ਠੀਕ ਆ, ਮੈਂ ਤੈਨੂੰ ਨਾ ਟੋਪੀਆਂ ਲੈ ਕੇ ਦੇਊਂਗਾ, ਪੰਜਾਂ ਦੀਆਂ ਇੰਨੀਆਂ ਸਾਰੀਆਂ। ਸੌਗਾ ਤੇ ਥੋਕਾ ਨਹੀਂ, ਤੇਰੀ ਥੋ ਲੱਗੇ। ਜਾ ਪੜਿਆ ਕਰ, ਤੂੰ ਲਿਆ ਟੋਪੀਆਂ, ਜੇ ਆ ਗੱਲ ਲੈ ਫਿਰ ਮੈਂ ਲਾਉਣਾ ਦਿਮਾਗ ਇਹਦੇ। ਲਾਏਗਾ ਨਾ, ਮੈਂ ਪੂਰਾ ਮੈਂ ਪੜ ਦੂੰਗਾ ਸਾਰਾ ਕਾਇਦਾ। ਚੱਲ ਠੀਕ ਆ, ਮੈਂ ਤੇਰੇ ਤੇ ਟੋਪੀਆਂ ਲੈ ਕੇ। ਹਾਂ ਟੋਪੀਆਂ ਲੈ ਕੇ ਆ, ਮੈਨੂੰ ਪੜਾਉਣਾ ਹੈ ਜੀ। ਉਹ ਮੈਂ ਤਾਂ ਪੜਾ ਕੇ ਮੇਰਾ ਜਾਂ ਪੜਾ ਕੇ ਬਾਅਦ ਚ ਪਹਿਲਾਂ ਤਾਂ ਪੈਨੇ ਆ। ਪਤੀ ਸਬਜ਼ੀ ਮੇ ਨਮਕ ਕਿਉਂ ਨਹੀਂ ਹੈ? ਪਤਨੀ ਵੋ ਸਬਜ਼ੀ ਥੋੜੀ ਸੀ ਜਲ ਗਈ ਥੀ ਤੋ ਨਮਕ ਕਿਉਂ ਨਹੀਂ ਡਾਲਾ? ਹਮ ਜਲੇ ਪਰ ਨਮਕ ਨਹੀਂ ਛਿੜਕਦੇ। ਇਹ ਵੀ ਪਤੰਦਰ ਆਤੀ ਕਰਾਉਂਦੇ ਨੇ। ਉਹ ਤੇਰਾ ਭਲਾ ਹੋ ਜੀ, ਓਏ ਥੋੜ੍ਹੇ ਮੋਟੇ ਤਾਂ ਕੱਪੜੇ ਪਾ ਲਿਆ ਕਰੋ, ਦੇਖ ਕਿਵੇਂ ਗਰੀਬੀ ਦਿਖਾਈ ਆ ਗਈ। ਆਹ ਮੇਰੇ ਵਾਲੇ ਚਾਦਰੇ ਦੇ 5-6 ਸੂਟ ਬਣ ਜਾਣੇ। ਏ ਫੋਰ ਐਪਲ, ਏ ਫੋਰ ਐਪਲ, ਬੱਲੇ ਬੱਲੇ ਮੇਰੀ ਗੁਗਲੀ ਮੁਗਲੀ ਬਣੀ ਜਾਂਦੀ ਆ, ਮੇਰੀ ਮਾਣੀ ਨਾਲ ਬਣੀ ਜਾਂਦੀ ਆ। ਏ ਫੋਰ ਐਪਲ, ਹਾਂ ਹੁਣ ਆਇਆ ਲੈਣ ਤੇ। ਹਾਂ ਪਰ ਹੁਣ ਤਾਂ ਮੈਂ ਅੱਖਾਂ ਮੀਚ ਕੇ ਸਾਰੇ ਅੱਖਰ ਪੜ ਦਿੰਦਾ। ਏ ਫੋਰ ਐਪਲ, ਠੀਕ ਆ ਨਾ। ਪਰ ਬਾਪੂ ਮੈਂ ਤੈਨੂੰ ਇਹ ਕਹਿਣਾ ਵੀ ਪੜ੍ਹਾਈ ਦੇ ਨਾਲ ਨਾਲ ਥੋੜਾ ਜਿਹਾ ਕੰਮ ਧੰਦੇ ਵੱਲ ਵੀ ਧਿਆਨ ਦਿਆ ਕਰ। ਉਹ ਦੇਖ ਰੰਭੀ ਜਾਂਦੀਆਂ ਪੱਠੇ ਹੀ ਪਾ ਲੈਂਦਾ।
ਉਹ ਮੈਥੋਂ ਦੋ ਦੋ ਕੰਮ ਨਹੀਂ ਹੋਣੇ ਸ਼ੇਰਾ ਦਾ ਤਾਂ ਮੈਥੋਂ ਪੜ੍ਹਾਈ ਹੋਊਗੀ ਜਾਂ ਫਿਰ ਕੰਮ ਹੀ ਹੋਊਗਾ ਹੁਣ ਤੂੰ ਦੱਸ ਕੰਮ ਕਰਾਂ ਕਿ ਪੜ੍ਹਾਈ ਕਰਾਂ ਉਹ ਦਾਲ ਬਣਾ ਲਈ ਸੀ ਜੇ ਮੈਂ ਦਾਲ ਬਣਾਉਣ ਲੱਗ ਗਿਆ ਮਾਸਟਰ ਨੇ ਸਵੇਰੇ ਮੇਰਾ ਮੁਰਗਾ ਬਣਾ ਦੇਣਾ ਜਾ ਕੇ ਤੂੰ ਆਪ ਕਰ ਲੈ ਕੰਮ ਦੇਖ ਜੇ ਪੰਜਾਬੀ ਹੁੰਦੀ ਜਾਂ ਹਿੰਦੀ ਹੁੰਦੀ ਫਿਰ ਮੈਂ ਨਾਲ ਕੰਮ ਕਰਾ ਦਿੰਦਾ ਅੰਗਰੇਜ਼ੀ ਨੇ ਤਾਂ ਮੇਰੀ ਤੂੰ ਹੀ ਤੋੜ ਰੱਖੀ ਆ ਕਿ ਬਹੁਤ ਔਖੀ ਆ ਲਓ ਜੀ ਬਾਪੂ ਤਾਂ ਸੀਰੀਅਸਲੀ ਲੈ ਗਿਆ ਚੱਲ ਕੋਈ ਗੱਲ ਨੀ ਬਾਪੂ ਤੂੰ ਐ ਕਰਿਆ ਕਰ ਐ ਤੂੰ ਬਸ ਪੜਿਆ ਕਰ ਹਾਂ ਮੈਂ ਪਾਉਂ ਠੀਕ ਆ ਰੋਟੀਆਂ ਮੈਂ ਪਕਾਉਂ ਠੀਕ ਕੱਪੜੇ ਲੱਤੇ ਮੈਂ ਤੂੰ ਠੀਕ ਤੂੰ ਪੜਾਈ ਤੇ ਜ਼ੋਰ ਦੇ ਦੇ ਮੇਰਾ ਬਾਪੂ ਬੜੇ ਮੈਂ ਕਿਹਾ ਮੈਂ ਸਾਰਾ ਕਾਇਦਾ ਪੜ ਦੂੰਗਾ ਮੇਰਾ ਮਤਲਬ ਉਹ ਕੀ ਹੁੰਦਾ ਹਾਂ ਹਾਂ ਬੁੱਕ 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 ਹਾਂ ਸਾਰੀ ਬੁੱਕ ਪੜ ਦੂੰਗਾ ਪੜ ਲੈ ਪੜ ਲੈ ਪੜ ਲੈ ਬਸ ਠੀਕ ਆ ਹਾਂ A ਫਾਰ ਐਪਲ ਐਪਲ ਮੈਨੇ ਸੇਬ ਆਪਾਂ ਤਾਂ ਪੜ੍ਹੀਏ ਅਖਬਾਰ ਉੱਤੇ ਭਲਾ ਹੋ ਜੀ ਦੇਖ ਕਿਵੇਂ ਜੱਫੀ ਪਾਈ ਖੜੇ ਨੇਗੇ ਜਿਵੇਂ ਕਰੰਟ ਵਾਲੀਆਂ ਤਾਰਾਂ ਨੂੰ ਲੱਗੇ ਹੁਣ ਲੜਕਾ ਮੈਂ ਹੁਣ ਮੂੰਹ ਚ ਪੜੂੰਗਾ ਚੰਗਾ ਤੰਗ ਨੀ ਕਰਦਾ ਤੁਹਾਨੂੰ ਆਪਾਂ ਵਿੱਚ ਹੀ ਰੱਖ ਲੈਣਾ ਕੀ ਪਤਾ ਲੱਗਣਾ ਇਹਨੂੰ ਮੈਂ ਤਾਂ ਬਾਪੂ ਨੂੰ ਐਵੇਂ ਸਮਝਦਾ ਸੀ ਬਾਪੂ ਦਾ ਪੂਰਾ ਇੰਟੈਲੀਜੈਂਟ ਦੇਖ ਕੇ ਮੈਂ ਦੰਦ ਕੱਢਿਆ ਅੱਜ ਦੇਖਦੀ ਹੈ ਜਿਵੇਂ ਕਦੇ ਅੰਗਰੇਜ਼ੀ ਪੜ੍ਹਦਾ ਬੁੜਾ ਨਹੀਂ ਦੇਖਿਆ ਹੁੰਦਾ ਜਿਵੇਂ ਬਾਪੂ ਰੇਸ ਫੜੀ ਬੈਠਾ ਹੈ ਇਸ ਹਿਸਾਬ ਨਾਲ ਤਾਂ ਜਲਦੀ ਕੈਨੇਡਾ ਵਾਲੀ ਰੇਲ ਦੀ ਬਰਨ ਨੂੰ ਹੱਥ ਪਾਉਂਗਾ ਐਪਲ A ਫਾਰ ਸੇਬ ਹੁੰਦਾ B ਫਾਰ ਬੁਆਏ B ਫਾਰ ਬੁਆਏ ਓਏ ਬੁਆਏ ਨੀ ਹਾਇਰ ਬਾ ਕੌਣ ਸਮਝਾਵੇ B ਫਾਰ ਭੋਲੇ ਕਾ ਕਾਲਾ C ਫਾਰ ਕੈਟ C ਫਾਰ ਕੈਟ ਕੈਟ ਮੇਰਾ ਬਿੱਲੀ ਕੈਟ ਮੇਰਾ ਬਿੱਲੀ ਮਾਸਟਰ ਜੀ ਆ ਮਿਸ ਕਾਲਾ ਮਾਰੀ ਜਾਂਦਾ ਜੀ ਗੈਸ ਛੱਡੀ ਜਾਂਦਾ ਇਹਨੂੰ ਭੇਜੋ ਜੀ ਇਹਦੇ ਦਰਦ ਹੋਣ ਲੱਗਿਆ ਹੋਇਆਗਾ ਜਾ ਬੱਚਾ ਜਾ ਟਾਇਲਟ ਜਾ ਜਾ ਹਾਂ ਬਸ B for boy. A for apple. Apple मान गए मेरी कुचरी मुचरी ने मेरी गोली बोली. B for boy. बड़ा कर. लड़का. B for cat. Cat मैंने मारो बिल्ली. और तो मैं सारी किताब पढ़ी. ਓਏ ਆਹ ਤਾਰੇ ਦਾ ਬਾਪੂ ਕਿੱਧਰ ਆ ਗਿਆ ਇਹ ਮੁੰਡੇ ਦੀ ਮੈਂ ਰੋਟੀ ਖਾ ਕੇ ਚੱਕ ਕਿਤੇ ਲੱਭ ਦੇਣ ਤਾਂ ਨਹੀਂ ਆ ਗਿਆ. ਦੂਜੀ ਉਹ ਪਤਾ ਓ ਦੀਪੇ ਕਿੱਥੇ ਤੁਹਾਡਾ ਬੁੜਾ ਗੱਲ ਹੈ ਚੜਿਆ ਹੁਣ ਚੜਨਾ ਨਹੀਂ ਗਾ ਮੇਰੇ ਮੁੰਡੇ ਦੀਆਂ ਰੋਟੀਆਂ ਖਾ ਕੇ ਗੱਲ ਬੁਲਾ ਲੈਨੇ ਚੱਲ ਆ ਬਾਪੂ ਆ ਬਾਪੂ ਓ ਇੱਧਰ ਮੈਂ ਬੈਠਾ ਰਿਹਾ ਆ ਬਾਪੂ ਆ ਕੀ ਕਹਿੰਦਾ ਤੂੰ ਖਾਦੇ ਇਹਨਾਂ ਦੇ ਮੁੰਡੇ ਦੇ ਪਰੌਂਠੇ ਮੈਂ ਤਾਂ ਨਹੀਂ ਖਾਦੇ ਇਹਨਾਂ ਦੇ ਮੁੰਡੇ ਦੇ ਪਰੌਂਠੇ ਮੈਂ ਤਾਂ ਉਹੀ ਖਾਦੇ ਜਿਹੜੇ ਤੂੰ ਤਿੰਨ ਖੁੰਜੇ 'ਚ ਲਾ ਕੇ ਦਿੱਤੇ ਸੀਗੇ ਮੈਂ ਕਦੋਂ ਖਾਦੇ ਤੇਰੇ ਆਲੂ ਵਾਲੇ ਪਰੌਂਠੇ ਹਾਂ ਹਾਂ ਆ ਦੇਖੇ ਨਾ ਤੁਹਾਨੂੰ ਪਤਾ ਲੱਗਾ ਆਲੂ ਵਾਲੇ ਪਰੌਂਠੇ ਦਾ ਪੁੱਛ ਨੂੰ ਪੁੱਛੇ ਬੋਲਦਾ ਝੂਠ ਉਹ ਕੋਈ ਗੱਲ ਨਹੀਂ ਐਡੀ ਗੱਲ ਵੀ ਨਹੀਂ ਹੈਗੀ ਦੇ ਦਿੰਦੇ ਤੇਰੇ ਆਲੂ ਵਾਲੇ ਪਰੌਂਠੇ ਜੇ ਖਾਦੇ ਕਿਸ ਜਾ ਪੁੱਤ ਦੀਪੇ ਦੋ ਆਲੂ ਵਾਲੇ ਪਰੌਂਠੇ ਲਾ ਕੇ ਦੇ ਦੇ ਮੈਂ ਤੁਹਾਡੇ ਆਲੂ ਵਾਲੇ ਪਰੌਂਠੇ ਨਹੀਂ ਬੈਠਾ ਇੱਕ ਮੇਰੀ ਗੱਲ ਸੁਣਦਾ ਜੇ ਗਾਣੂ ਮੁੰਡੇ ਦੇ ਪਰੌਂਠੇ ਖਾਦੇ ਤਾਂ ਸਾਵ ਲਾ ਨਹੀਂ ਆਉਂਦਾ ਉਹ ਚੱਲ ਕੋਈ ਨਹੀਂ ਬਾਈ ਨਹੀਂ ਲਾਉਂਦੇ ਕਾਹ ਤੋਂ ਕੱਲੀ ਦਾ ਤੁਹਾਨੂੰ ਪੜਨਾ ਉੱਥੇ ਜਾ ਕੇ ਤੁਸੀਂ ਹੋਰ ਹੀ ਸ਼ਰਤਾਂ ਕਰਦੇ ਚੱਲ ਕੋਈ ਨਾ
तू नाले परौंठियां जियां ने लाया कर थोड़ियां थोड़े आटा पा लिया कर बच्च परौंठे लाया कर बड़े बड़े अंग्रेजी पढ़ रहा बहुत भुख लगदी है दिमाग लगता और तू ही दुखन लग जाती है जो पढ़ते जा हूँ फिर भुख जी लग गई दही पुत बढ़ के दावे चार कप परौंठे खा के फिर पढ़ाई करनी आ मैं तो बहुत तेज हो गया कर ला मन मर्जियां जे तेन उसे जाके बेर तोड़ देना ना लाया तो मैनू दीपक ने दिया लगी ने जरा कोई गल नहीं पुत जीत पंचर वाले तो पंचर लाते थे मैं तो सारे टब्बर नू पाने च पा दू ए फॉर एप्पल ई फॉर बॉय तू तो लै नजारे उम्र किसे पढ़ाइया होंदिया ने लाता हूं आप हम सौने नजारे न शुक्र है जे पढ़ जाए बापू चार्ज मैं नाले का कनेडा का वीजा पक्का हो जू नाले फैमिली पढ़ जू पर अपनी फैमिली च कड़ा बाले बंदे है एक मैं एक बापू है मैं तो अंग्रेजी को माड़ा मोटा मूँह मार लेना बापू का ही है बस बापू चार अखर सीख गया अंग्रेजी के बचोले खुश हो जाएंगे घर वसना हो जाएगा नाले बापू का एवें नहीं मान फिर वेखी करता ड्रामे बाजिया हाय हाउ आर यू मेरा तो ब्याह हो ही जाना कनेडा बापू का भी तो आप भरा देंगे कोई तोकड़ जी लभ के बापू दे भी नंद करके उची हो जाएंगे मास्टर ने जवाक नु मुर्गा बना रखा मैं कहा मखर रह दो जी ना बनाओ जवाक आगा मैं कहते तू भी बन मुर्गा मैं तो उन्होंने बहाना जो ला के भजाया मखा मैं नहीं पढ़ता और फिर नहीं जाना स्कूल मैं नहीं जाता स्कूल कल चला गई फिर स्कूल ओ यार कादे ले जाना स्कूल मैं जे स्कूल जावेंगे ता ही आप कनेडा जावेंगे ना ओ कनेडा की मैनू अंग्रेजी नहीं आती है कि मछों अंग्रेजी तो बड़ा डर लगता मैनू कोई नहीं सीखी जाऊगी थोड़ा दिमाग से जोर देगा सीखी जाऊगी हाँ पै जा हूँ आराम कर ला कोई गल नहीं पढ़ता नहीं अंग्रेजी दिपया की गल सुस्ते कि बैठा है की गल हुई है दिपे किवें सुस्त बैठे है तो गल भी करेगा यार मैनू नहीं लगता भी बापू अंग्रेजी सी जे बापू अंग्रेजी ना सीख्या तो मेरा ब्याह नहीं होना जे ब्याह ना होया तो फिर कनेडा कि पहुंचूंगा समझो बाहर हुई थी कहानी मैनू कुछ समझ नहीं आती मैं करा तो की करा असी दस दें तेन तरीका योजा फार्मूला ना बापू पटर 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 अंग्रेजी बोलूगा योजा कि फार्मूला फार्मूला नंबर 415 दस कलवंत तरीका इन ठीक है ये ठीक है मैं कोई जी दसिया सारी उम्र हो गई पंचर लाद्या ना तो पंचर तो कुछ बनता जरा उत्तो हम अंग्रेजी सीख लाती मुंडे ने कहते अंग्रेजी सीख वो अंग्रेजी सानू कितों आऊगी अभी तो उड़े आड़े के आदि हाँ हूँ तो मैं एक काम रह गया भी जी दस उम्र बहुत होगी पाठ पूजा ही कम आऊगी आप पाठ पूजा कर दें हेलो देख मैं तेरे ते की लेके ओए ओया की चक लेंदा
दारू वो तो मैनू भी पता दारू आप बेवरे क्यों तक लेके आया ए पता क्यों लेके आया रे तू अंग्रेजी सीख नहीं सका इनू पी के बंदा अंग्रेजी बोलन लग गया ओए मैं नहीं दारू पीनी साडे तो बाप दा दिन नहीं दारू पीते मैं तंदा है ते बंदा किने अंग्रेजी बोलदा दारू पी के ओ दारू पी के केड़ा बंदा अंग्रेजी बोलदा का केड़ी अंग्रेजी सीखदा का दस 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 ला रे आ कड़ी अंग्रेजी जी अंग्रेजी नहीं हां अंग्रेजी हुन बाहर आओ अच्छा वंस देयर वेयर जी क्रो यू आर फर्स्टी ओ बस 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 बाबा आपा ता उड़ियाड़े वाले बंदे ठीक है अपने बात दी गल नहीं हैगी अंग्रेजी मुरजी तैनू नहीं सिखाऊंगा ओ मैं नहीं सिखनी अंग्रेजी तू एक पैग ला के तैनू अंग्रेजी आ ओ मैं नहीं आंदा मैं दारू पी ना अंग्रेजी आंदी मोर दारू पिंग और मोर 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 अंग्रेजी बोलिंग आई हेट जुत्ती आई हेट पठे आई हेट मज आई हेट पंचर पंचर ए हेट की हुंदा हेट हुंदा नफरत ना पसंद तू नफरत करदा ना मैं नफरत करदा चंगी तरह नफरत करदा मैं कनाडा जाऊंगा आई हेट इंडियन कल्चर I hate Indian people. I hate everything of India. I don't like Indian. ਤੂੰ ਸਾਰਿਆਂ ਨੂੰ ਨਫ਼ਰਤ ਕਰਦਾ ਮੈਂ ਸਭ ਨੂੰ ਨਫ਼ਰਤ ਕਰਦਾ ਪੰਜਾਬੀਆਂ ਨੂੰ ਵੀ ਨਫ਼ਰਤ ਕਰਦਾ ਰੇਤ ਕਰਦਾ ਮੈਂ ਤੈਨੂੰ ਮੈਂ ਬਣਾਉਣਾ ਗੋਰਾ ਤੇ ਹਰਜਾ ਤੇ ਰੇਤ ਕਰਦਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ चल भाई पुत्रा बाजार च घूम के आइए ना सौदा पत्ता लिया मैं घर का सारा समान मुक्या पिया तू जा बापू मेरा मूड ऑफ है की ऑफ है मन खराब है अच्छा की गल होगी गल की होनी सी बस एको एक राह बचा सी बाहर जाने का तेरे करके वही खराब हो गया सारा कुड़ी वाले ने बचोले के हाथ स्नेहा कल्या सी ये महीने के बिच अंग्रेजी सीख लो कनेडा पक्का पर कितने तू तो जिम्मे जेली फड़ ली भी मैं तो अंग्रेजी सीखनी ही नहीं तेरे करके मेरिया बेड़िया च बटे पे आ मेरा करियर खराब हो गया तू एक काबल बाप नहीं है तेरे अर्गे बाप ने तो पकौड़े बेच के खा लेने चाहिए तलाक तलाक बस कर पुत्रा बस कर तीजी बार ना करी कोई गल नहीं महीने का टाइम सीगा हजे दस दिन पए ने मैं लाना कोई जुगाड़ very intelligent and very educated man this village
ਗੜੈਲ ਕੱਢੀ ਆਣਾ ਅੰਗਰੇਜ਼ੀ ਵਾਲੇ ਉਹ ਤੈਨੂੰ ਕਿਹਾ ਤਾਂ ਸੀਗਾ ਵੀ ਜੀਤ ਜਦੋਂ ਲਾਉਂਦਾ ਪੱਕਾ ਪੰਚਰ ਹੀ ਲਾਉਂਦਾ ਲਾਤਾ ਨਾ ਨਾਲੇ ਅੰਗਰੇਜ਼ੀ ਅੰਗਰੇਜ਼ੀ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਜਦੋਂ ਮਰਜ਼ੀ ਚੱਕ ਲੈ ਬੰਦਾ ਮਿਸਟਰ ਗੈਰੀ ਟੈਲ ਮੀ ਅਬਾਊਟ ਮੈਰਿਜ ਯੂ ਨੋ ਮੈਰਿਜ ਮੈਰਿਜ ਦੇਖੋ ਜੀ ਅੰਗਰੇਜ਼ੀ ਬੋਲਣ ਵਾਲੇ ਰਿਸ਼ਤੇ ਤਾਂ ਸਾਨੂੰ ਕੈਨੇਡਾ 'ਚ ਹੀ ਬਹੁਤ ਸੀ ਅਸੀਂ ਪੰਜਾਬ 'ਚ ਵਿਆਹ ਕਰਨਾ ਸੀ ਕਿ ਪੰਜਾਬੀ ਕਲਚਰ ਨਾਲ ਜੁੜੇ ਰਹੀਏ ਆ ਰੋਮੀ ਜੀ ਸਾਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਚਲੋ ਚੱਲੀਏ ਉਹ ਇੱਕ ਮਿੰਟ ਗੈਰੀ ਜੀ ਇੱਕ ਮਿੰਟ ਗੱਲ ਤਾਂ ਸੁਣ ਲਓ ਅਸੀਂ ਤਾਂ ਆਪ ਪੰਜਾਬੀ ਹਾਂ ਪੰਜਾਬੀ ਪਹਿਰਾਵੇ ਨੂੰ ਪਿਆਰ ਕਰਦੇ ਹਾਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹਾਂ ਇਹ ਤਾਂ ਮੈਨੂੰ ਆ ਮੁੰਡੇ ਨੇ ਕਹਿਤਾ ਕਹਿੰਦਾ ਉਹ ਅੰਗਰੇਜ਼ੀ ਸਿੱਖਣੀ ਪੈਣੀ ਆ ਕਹਿੰਦਾ ਉਹਨਾਂ ਨਾਲ ਰਿਸ਼ਤਾ ਕਰਨਾ ਓਹੋ ਉਹ ਮੈਂ ਤਾਂ ਤੁਹਾਨੂੰ ਕਿਹਾ ਸੀ ਕਿ ਫੈਮਿਲੀ ਪੜ੍ਹੀ ਲਿਖੀ ਹੋਣੀ ਚਾਹੀਦੀ ਹੈ ਤੁਸੀਂ ਹੋਰ ਹੀ ਅੰਗਰੇਜ਼ੀ ਦੇ ਚੱਕਰਾਂ 'ਚ ਪੈ ਗਏ ਅਸੀਂ ਤਾਂ ਪਿਓਰ ਪੇਂਡੂ ਹਾਂ ਜੀ ਓ ਅੱਛਾ ਅੱਛਾ ਤੁਸੀਂ ਸਾਰੇ ਗਲਤ ਫਹਿਮੀ 'ਚ ਰਹਿ ਗਏ ਮੈਨੂੰ ਇਹ ਰਿਸ਼ਤਾ ਮਨਜ਼ੂਰ ਹੈ ਜੀ ਤੁਸੀਂ ਤਾਂ ਪੰਜਾਬੀ ਮਾਂ ਬੋਲੀ ਨਾਲ ਜੁੜੇ ਹੋਏ ਹੋ ਓਕੇ ਮੁਬਾਰਕਾਂ ਜੀ ਜੀ ਲਓ ਜੀ ਮੇਰੀ ਸਾਰੀ ਪੰਜਾਬ ਦੇ ਵਿੱਚ ਜਾਂ ਪੰਜਾਬੋਂ ਬਾਹਰ ਬਾਹਰ ਦੇ ਸਾਰੇ NRI ਵੀਰਾਂ ਨੂੰ ਬੇਨਤੀ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਕਦੇ ਨਾ ਭੁੱਲੋ ਚਾਹੇ ਜਿਹੜੀ ਮਰਜ਼ੀ ਕੰਟਰੀ ਦੇ ਵਿੱਚ ਬੈਠ ਕੇ ਤੁਸੀਂ ਭਾਸ਼ਾ ਸਿੱਖ ਰਹੇ ਹੋਗੇ ਕੈਨੇਡਾ ਦੀ ਧਰਤੀ ਦੇ ਵਿੱਚ 20 MP ਅਤੇ 1 ਜੱਜ ਸਾਹਿਬਾਨ ਨੇਗੇ ਜਿਹੜੇ ਕਿ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਨੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਜ਼ਰੂਰ ਪਿਆਰ ਕਰਿਓ ਸਤਿ ਸ਼੍ਰੀ ਅਕਾਲ ਜੀ ਆ ਕੀ ਹੈ ਏ ਫਾਰ ਸਿਓ ਸਿਓ ਨਹੀਂ ਬਾਪੂ ਏ ਫਾਰ ਐਪਲ ਹੁੰਦਾ ਹੈ ਉਹ ਮੰਨਿਆ ਵੀ ਪੰਜਾਬੀ ਤਾਂ ਮਾਂ ਬੋਲੀ ਆ ਹਿੰਦੀ ਚੱਲ ਮਾਸੀ ਮੰਨ ਲੈਂਦੇ ਆ ਆਹ ਦੁਸ਼ਮਣ ਵਾਲੀ ਅੰਗਰੇਜ਼ੀ ਇਹ ਆ ਕੀ ਹੈ ਬੀ ਫਾਰ ਪਰ ਹੁਣ ਤਾਂ ਮੈਂ ਅੱਖਾਂ ਮੀਚ ਕੇ ਸਾਰੇ ਅੱਖਰ ਪੜ੍ਹ ਦਿੰਦਾ ਅੱਜ ਏ ਫੋਰ ਐਪਲ ਉਹ ਕੋਈ ਗੱਲ ਨੀ ਐਡੀ ਗੱਲ ਵੀ ਨੀ ਹੈਗੀ ਦੇ ਦਿੰਦੇ ਤੇਰੇ ਆਲੂ ਵਾਲੇ ਪਰੌਂਠੇ ਜੇ ਖਾਧੇ ਕਿਸੇ ਗਾ ਜਾਂ ਪੁੱਤ ਦੀਪੇ ਦੋ ਆਲੂ ਵਾਲੇ ਪਰੌਂਠੇ ਲਾ ਕੇ ਦੇ ਦੇ ਇਹਨੂੰ ਆ ਕੀ ਹੈ ਸੀ ਫਾਰ ਮਾਣੋ ਬਿੱਲੀ ਮੇਰਾ ਜੀ ਕਰਦਾ ਮੈਂ ਉੱਥੇ ਜੁੰਡੇ ਪੱਟ ਲਾਂ ਓ ਮਾਣੋ ਬਿੱਲੀ ਆ ਦੇਖ ਅੱਜ ਮਾਣੋ ਕੀ ਪੜ੍ਹ ਕੇ ਆਉਣਾ ਉੱਥੇ ਤੂੰ ਪੁੱਤ ਬਾਪੂ ਪੜ੍ਹਿਆ ਕਰ ਓਏ ਬੋਏ ਨੀ ਹਾਏ ਓਏ ਰੱਬਾ ਕੌਣ ਸਮਝਾਵੇ ਬੀ ਫੋਰ ਭੋਲੇ ਕਾ ਕਾਲਾ ਸਕੂਲੋਂ ਤਾਂ ਮੈਂ ਆ ਗਿਆ ਉੱਥੇ ਮਾਸਟਰ ਨੇ ਜਵਾਕ ਨੂੰ ਮੁਰਗਾ ਬਣਾ ਰੱਖਿਆ ਸੀਗਾ ਨਹੀਂ ਜਾਣਾ ਸਕੂਲ ਮੈਂ ਨਹੀਂ ਜਾਂਦਾ ਸਕੂਲ